ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ, ਕੇਂਦਰ ਸਰਕਾਰ ਹੌਲੀ ਹੌਲੀ ਸਾਰੀਆਂ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਵਾਸਤੇ ਆਧਾਰ ਕਾਰਡ ਨੂੰ ਜ਼ਰੂਰੀ ਬਣਾ ਰਹੀ ਹੈ। ਜੇਕਰ ਕੋਈ ਸਰਟੀਫਿਕੇਟ ਵੀ ਬਣਾਉਂਦਾ ਹੋਵੇਗਾ ਤਾਂ ਆਧਾਰ ਕਾਰਡ ਦੀ ਜ਼ਰੂਰਤ ਪਵੇਗੀ। ਦੇਸ਼ ਵਿੱਚ 90 ਕਰੋੜ ਤੋਂ ਜ਼ਿਆਦਾ ਆਧਾਰ ਕਾਰਡ ਬਣ ਚੁੱਕੇ ਨੇ। ਆਧਾਰ ਕਾਰਡਾਂ ਵਿੱਚ ਤੁਹਾਡੀ ਅੱਖ, ਹੱਥਾਂ ਅਤੇ ਉਂਗਲਾਂ ਦੇ ਨਿਸ਼ਾਨ ਲਏ ਜਾਂਦੇ ਨੇ। ਪਹਿਲਾਂ ਤਾਂ ਲੋਕ ਲਾਈਨਾਂ 'ਚ ਲੱਗ ਕੇ ਆਧਾਰ ਕਾਰਡ ਬਣਾਉਂਦੇ ਸੀ, ਫਿਰ ਜੇਕਰ ਆਧਾਰ ਕਾਰਡ ਬਣਾਉਂਦੇ ਸਮੇਂ ਕੋਈ ਗਲਤੀ ਆ ਜਾਵੇ ਤਾਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਅਤੇ ਉਸ ਨੂੰ ਠੀਕ ਕਰਾਉਣ ਵਿੱਚ ਬੜਾ ਸਮਾਂ ਬਰਬਾਦ ਹੋ ਜਾਂਦਾ ਸੀ, ਜਿਸ ਕਰਕੇ ਹੁਣ ਤੁਸੀਂ ਇਹਨਾਂ ਲੰਬੀਆਂ ਲਾਈਨਾਂ ਤੋਂ ਬਚ ਸਕਦੇ ਹੋ ਅਤੇ ਆਪਣੇ ਘਰ ਬੈਠ ਕੇ ਆਧਾਰ ਕਾਰਡ ਦਾ ਆਪਣਾ ਪਤਾ ਅਪਡੇਟ ਕਰ ਸਕਦੇ ਹੋ। ਅਤੇ ਆਓ ਤੁਹਾਨੂੰ ਦੱਸੀ ਕਿ ਇਹ ਅਪਡੇਟ ਤੁਸੀਂ ਕਿਵੇਂ ਕਰਨੀ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣੇ ਕੰਪਿਊਟਰ ਜਾਂ ਲੈਪਟੋਪ ਤੋਂ ਆਧਾਰ ਕਾਰਡ ਦੀ ਅਧਿਕਾਰਿਕ ਵੈਬਸਾਈਟ ਨੂੰ ਖੋਲ੍ਹਣਾ ਹੈ। ਇੱਥੇ ਪਹੁੰਚਣ ਤੋਂ ਬਾਅਦ ਆਧਾਰ ਆਨਲਾਈਨ ਸਰਵਿਸ ਦੇ ਸੈਕਸ਼ਨ ਵਿੱਚ ਆਧਾਰ ਅਪਡੇਟ 'ਤੇ ਕਲਿੱਕ ਕਰਨਾ ਹੈ ਅਤੇ ਹੁਣ ਤੁਹਾਨੂੰ ਨਾਮ ਪਤੇ ਬਦਲਣ ਦੀ ਬੇਨਤੀ ਦੇ ਵਿਕਲਪ 'ਤੇ ਕਲਿੱਕ ਕਰਨਾ ਪਵੇਗਾ। ਇਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਨਵਾਂ ਟੈਬ ਖੁੱਲ੍ਹ ਜਾਵੇਗਾ, ਜਿਸ ਵਿੱਚ ਅਪਡੇਟ ਕਰਨ ਦੇ ਵਿਕਲਪ ਦੇ ਨਿਯਮਾਂ ਦੇ ਨਾਲ ਨਾਲ ਦਿਖਾਈ ਦੇਣਗੇ। ਅਜਿਹਾ ਕਰਨ ਤੋਂ ਬਾਅਦ ਪਤਾ ਜਾਂ ਨਾਮ ਅਪਡੇਟ ਕਰਨ ਲਈ ਵਿਕਲਪ 'ਤੇ ਕਲਿੱਕ ਕਰਨਾ ਪਵੇਗਾ, ਜਿਸ ਤੋਂ ਬਾਅਦ ਤੁਹਾਨੂੰ ਆਧਾਰ ਨੰਬਰ ਦਾਖਲ ਕਰਕੇ ਲੌਗਇਨ ਕਰਨਾ ਪਵੇਗਾ। ਇਸ ਤੋਂ ਬਾਅਦ OTP ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਆ ਜਾਵੇਗੀ ਅਤੇ OTP ਨੰਬਰ ਦਰਜ ਕਰਨ ਤੋਂ ਬਾਅਦ ਤੁਹਾਡਾ ਨਿੱਜੀ ਡੇਟਾ ਅਪਡੇਟ ਦੇ ਵਿਕਲਪ 'ਤੇ ਜਾਣਾ ਪਵੇਗਾ, ਜਿਸ ਵਿੱਚ ਤੁਸੀਂ ਨਾਮ ਪਤੇ ਦੀ ਚੋਣ ਕਰ ਸਕਦੇ ਹੋ। ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ। ਹੋਰ ਖਬਰਾਂ ਦੇਖਣੀਆਂ, ਸੁਣਨੀਆਂ, ਪੜ੍ਹਨੀਆਂ ਤਾਂ ਬਣੇ ਰਹੋ ਆਜ਼ਮੀਵਾਲਾ.com ਦੇ ਨਾਲ। ਜੋਤਿਸ਼ ਸਮਰਾਟ GL ਸ਼ਾਸਤਰੀ, ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ, 2 ਘੰਟੇ ਵਿੱਚ ਘਰ ਬੈਠੇ ਹਰ ਤਰ੍ਹਾਂ ਦਾ ਸਮਾਧਾਨ, ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ, ਲਵ ਮੈਰਿਜ, ਪਤੀ ਪਤਨੀ ਵਿੱਚ ਅਣਬਣ, ਸੋਤਨ ਦੁਸ਼ਮਣ ਦਾ ਨਾਸ਼, ਹਰ ਤਰ੍ਹਾਂ ਦੇ ਲਾਟੀ ਨੰਬਰ ਦੇ ਮਾਹਿਰ, ਧੋਖਾ ਖਾਧੇ ਲੋਕ, ਸਾਨੂੰ ਇੱਕ ਵਾਰ ਫੋਨ ਜ਼ਰੂਰ ਕਰੋ। 81 468 13 896 81 468 13 896